कभी कभी सोचता हूं कितना अनोखा होता है बेटियों का संसार, जहां जन्मती हैं, पलती हैं, बढ़ती हैं, वहीं से जड़ें समेटकर कहीं और पनपने के लिए चली जाती हैं। उनका अपना घर पराया हो जाता है और वे पराए घर की मालकिनें बन जाती हैं। नन्ही नन्ही कलियां देखते ही देखते एक दिन जगत जननियां बन जाती हैं। अपनी लाडली को नाजों से पालना, आशीर्वादों से सींचना और एक दिन ब्याह कर विदा कर देना। पर कुछ भी हो, बेटियां तो बेटियां हैं। मदानियां जी तो साढ़े मेहमान आए हैं स्पेशल
स्पेशल अर्जिंदर कौर जोड़ी गार्डन आई खान सिमरन जी के लिए आज जी मेहंदी रस्म कर दिया और बहुत बहुत बधाई दे रहे हैं। हेलो सब का थैंक यू मेनू बेस्ट विशेस ग्रीन ली। हेलो एवरीवन मैं सिमरन दी छोटी सिस्टर प्रावधा ਤੇ ਮੈਂ ਸਿਮਰਨ ਦੀ ਕਜ਼ਨ ਮਾਮਾ ਜੀ ਦੀ ਲੜਕੀ। ਅੱਜ ਅਸੀਂ ਓਰੇਨ ਪਾਰਲਰ ਤੇ ਤਿਆਰ ਹੋਣ ਲਈ ਆਏ ਹੋਏ ਆ। ਸਿਮਰਨ ਅਜੇ ਰੈਡੀ ਹੋ ਰਹੀ ਹੈ, ਉਹਦਾ ਜੇ ਮੇਕਅਪ ਚੱਲ ਰਿਹਾ ਹੈ, ਬਹੁਤ ਸੁੰਦਰ ਲੱਗ ਰਹੀ ਹੈ, ਵਧੀਆ ਹੋ ਰਿਹਾ ਹੈ ਤੇ ਬਹੁਤ ਸੋਹਣੀ ਲੱਗ ਰਹੀ ਹੈ। ਹੋਪਸ ਜੀਜੂ ਨੂੰ ਹੀ ਨਹੀਂ ਬਾਕੀ ਸਭ ਨੂੰ ਸਿਮਰਨ ਬਹੁਤ ਸੋਹਣੀ ਲੱਗੇ। ਲਵ ਯੂ। ਇੱਕ ਗੋਰਾ ਰੰਗ ਦੂਜਾ ਰਵੇ ਫੈਸ਼ਨਾਂ 'ਚ ਉੱਤੋਂ ਨਖਰੇ ਦੀ ਕਰੀ ਜਾਵੇ ਅਤਨੀ ਮਾਰ ਤੇ ਵਪਾਰ ਨੀ ਤੂੰ ਹੁਸਨ ਖਲਾਰ ਨੀ ਤੂੰ ਬਿਜ਼ਨਸ ਕਰ ਦਿੱਤੇ ਠੱਪਨੀ ਤੇਰੀ ਵਾਕ ਤੇਰੀ ਟੌਕ ਬੜੀ ਗ੍ਰੈਂਡ ਵਾਕ ਤੇਰੀ ਟੌਕ ਬੜੀ ਗ੍ਰੈਂਡ ਤੂੰ ਨੀਰੀ ਫੈਸ਼ਨ ਕੁੜੀਏ ਤੈਨੂੰ ਵੇਖ ਵੇਖ ਚੱਲਦੇ ਨੇ ਬ੍ਰੈਂਡ ਤੂੰ ਨੀਰੀ ਫੈਸ਼ਨ ਕੁੜੀਏ ਤੈਨੂੰ ਵੇਖ ਵੇਖ ਚੱਲਦੇ ਨੇ ਬ੍ਰੈਂਡ ਤੂੰ ਨਿਰੀ ਗੁੱਚੀ ਵਾਲੇ ਤੈਨੂੰ ਹਾਏ ਲੱਭਦੇ ਨੇ ਫਿਰਦੇ ਪਰਾਡਾ ਵਾਲੇ ਕਰਦੇ ਟਵੀਟ ਨੀ ਸਿੰਗਰ ਵੀ ਸਾਰੇ ਹੋ ਗਏ ਤੇਰੇ ਨੇ ਦੀਵਾਨੇ ਤੇਰੀ ਬਿਊਟੀ ਉੱਤੇ ਲਿਖਦੇ ਨੇ ਗੀਤ ਨੀ ਤੂੰ ਪ੍ਰੋਡਿਊਸਰਾਂ ਦੇ ਲੁੱਟ ਦੂਸਰਾਂ ਦੇ ਲੁੱਟ ਲੈਣੇ ਚੈਨ ਤੂੰ ਨਿਰੀ ਫੈਸ਼ਨ ਕੁੜੀਏ ਤੈਨੂੰ ਵੇਖ ਵੇਖ ਚੱਲਦੇ ਨੇ ਬ੍ਰੈਂਡ ਤੂੰ ਨਿਰੀ ਫੈਸ਼ਨ ਕੁੜੀਏ ਤੈਨੂੰ ਵੇਖ ਵੇਖ ਚੱਲਦੇ ਨੇ ਬ੍ਰੈਂਡ ਤੂੰ ਨਿਰੀ ਜਿੱਦਣ ਤੁਮਾਰੀ ਬਾਲੀਵੁੱਡ ਸਾਰੇ ਨੇ ਰਿਕਾਰਡ ਜਾਣੇ ਟੁੱਟਣੀ ਰਹਿੰਦੀਆਂ ਨੇ ਸੜਦੀਆਂ ਵਿੱਚੋਂ ਵਿੱਚ ਡਰਦੀਆਂ ਆਫਰਾਂ ਨਾ ਜਾਣ ਕਿਤੇ ਛੁੱਟਣੀ ਜਿੱਦਣ ਤੁਮਾਰੀ ਬਾਲੀਵੁੱਡ ਵਿੱਚ ਐਂਟਰੀ ਸਾਰੇ ਨੇ ਰਿਕਾਰਡ ਜਾਣੇ ਟੁੱਟਣੀ ਰਹਿੰਦੀਆਂ ਨੇ ਸੜਦੀਆਂ ਵਿੱਚੋਂ ਵਿੱਚ ਡਰਦੀਆਂ ਆਫਰਾਂ ਨਾ ਜਾਣ ਕਿਤੇ ਛੁੱਟਣੀ ਤੂੰ ਵਜਾ ਗਈ ਹੈ ਮਿੱਤਰਾਂ ਦਾ ਬੈਂਡ ਤੂੰ ਨਿਰੀ ਫੈਸ਼ਨ ਕੁੜੀਏ ਤੈਨੂੰ ਵੇਖ ਵੇਖ ਚੱਲਦੇ ਨੇ ਬ੍ਰੈਂਡ ਤੂੰ ਨਿਰੀ ਫੈਸ਼ਨ ਕੁੜੀਏ ਤੈਨੂੰ ਵੇਖ ਵੇਖ ਚੱਲਦੇ ਨੇ ਬ੍ਰੈਂਡ ਤੂੰ ਨਿਰੀ ਸਿਮਰਨ ਬਾਰੇ ਕੁਛ ਉਹਦੀਆਂ ਸੀਕਰੇਟ ਗੱਲਾਂ ਦੱਸਣ ਜਾ ਰਹੇ ਹਾਂ। ਸਿਮਰਨ ਨੂੰ ਮੇਕਅਪ ਕਰਨ ਦਾ ਬਹੁਤ ਸ਼ੌਂਕ ਹੈ, ਛੋਟੇ ਹੁੰਦੇ ਉਹਨੂੰ ਟੀਚਿੰਗ ਕਰਨ ਦਾ ਬਹੁਤ ਸ਼ੌਂਕ ਹੁੰਦਾ ਸੀ। ਉਹ ਆਪਣੇ ਆਪ ਹੀ ਬਲੈਕ ਬੋਰਡ ਤੇ ਲੈ ਕੇ ਸਕੈਚ ਦੀ ਤਰ੍ਹਾਂ ਉਹਨੂੰ ਲਿਖਣ ਲੱਗ ਪੈਂਦੀ ਸੀ, ਬੱਚਿਆਂ ਨੂੰ ਕਈ ਵਾਰ ਐਵੇਂ ਕੁੱਟਣ ਲੱਗ ਪੈਂਦੀ ਸੀ। ਇਸ ਤੋਂ ਇਲਾਵਾ ਉਸਨੂੰ ਸ਼ੋਪਿੰਗ ਕਰਨ ਦਾ ਬਹੁਤ ਸ਼ੌਂਕ ਹੈ, ਨੇਲ ਆਰਟ ਵਗੈਰਾ ਕਰਨ ਦਾ। ਉਹ ਸਿਰਫ ਸਮਾਨ ਖਰੀਦੀ ਹੈ, ਯੂਜ਼ ਬਹੁਤ ਘੱਟ ਕਰਦੀ ਆ। ਉਹਦੇ ਘਰ ਇੰਨਾ ਕੁਛ ਸਮਾਨ ਰੱਖਿਆ ਹੋਇਆ ਬਟ ਉਹ ਅੱਜ ਤੱਕ ਯੂਜ਼ ਵੀ ਨਹੀਂ ਮੈਨੂੰ ਲੱਗਦਾ ਜ਼ਿਆਦਾ ਕੀਤਾ ਹੋਊਗਾ। ਸਤਿ ਸ਼੍ਰੀ ਅਕਾਲ।
तेरिया सोनिया अखियां वे तेरिया डूंगियां रमजान
रस बिंदुआ जिंदुआ रस बिंदुआ तेरी मेरी बन जावे एक जिंदरी सुन जिंदुआ तेरे बाजो हुण मेरा लगदा ना जी सुन जिंदुआ चल जिंदुआ वे चल शहर बाजारी विकदे ने जिथे रुमाल असर है हुण जो मैनू नींद रात नू आवे ना हो ना होए प्यार तेरे दा असर है हुण जो मैनू नींद रात नू आवे ना अखियां दे विच घुमदा सोना चेहरा आए दिल जो मेरा चैन जरा भी पावे ना हो ना होए प्यार तेरे दा असर है हुण जो मैनू नींद रात नू आवे बरसात होई मेरे कहण ते रोशनी भी चन देन लगा तारियां दे नाल मेरी सी मुलाकात होई हुण ना मैनू धुप लगदी ना ठंड लगदी ए हनेरा कदे भी मैनू डरावे ना तेरे दा असर है हुण जो मैनू नींद रात नू आवे ना
ਤੇਰਾ ਅਸਰ ਹੈ ਹੁਣ ਜੋ ਮੈਨੂੰ ਨੀਂਦ ਰਾਤ ਨੂੰ ਆਵੇ ਖੜੀ ਆਪਣੇ ਆਪ ਦੇ ਨਾਲ ਮੈਂ ਗੱਲਾਂ ਕਰਦਾ ਹਾਂ ਤੇਰੇ ਇਸ਼ਕ ਦੀ ਸਜਣਾ ਮੈਨੂੰ ਲੋੜ ਚੜੀ ਤੇਰੇ ਨਾਲ ਰਹਿਣ ਦਾ ਮੇਰਾ ਸੁਪਨਾ ਏ ਆਸਾਂ ਵਾਲਾ ਮਹਿਲ ਮੇਰਾ ਕੋਈ ਟਾਵੇ ਅਸਰ ਹੈ ਹੁਣ ਜੋ ਮੈਨੂੰ ਨੀਂਦ ਰਾਤ ਨੂੰ ਆਵੇ ਨਾ ਹੋ ਨਾ ਹੋਏ ਪਿਆਰ ਤੇਰੇ ਦਾ ਅਸਰ ਹੈ ਹੁਣ ਜੋ ਮੈਨੂੰ ਨੀਂਦ ਰਾਤ ਨੂੰ ਆਵੇ ਜਗ੍ਹਾ ਵੀ ਤੇਰੀ ਏ ਤੇਰੇ ਹਰ ਇੱਕ ਹੁਕਮ ਲਈ ਏ ਹਾਂ ਮੇਰੀ ਰਾਜ਼ੀ ਰੱਖ ਯਾ ਨਾ ਰਜ਼ਾ ਵੀ ਤੇਰੀ ਏ ਤੇਰੇ ਸਾਹਮਣੇ ਬਹਿ ਕੇ ਸੁਣਨੀ ਤੇਰੀ ਮੈਂ ਮੇਰੇ ਬਿਨ ਕੋਈ ਤੈਨੂੰ ਹੋਰ ਬੁਲਾਵੇ ਨਾ ਅਸਰ ਹੈ ਹੁਣ ਜੋ ਮੈਨੂੰ ਨੀਂਦ ਰਾਤ ਨੂੰ ਆਵੇ ਨਾ ਹੋ ਨਾ ਹੋਏ ਪਿਆਰ ਤੇਰੇ ਦਾ ਅਸਰ ਹੈ ਹੁਣ ਜੋ ਮੈਨੂੰ ਨੀਂਦ ਰਾਤ ਨੂੰ ਆਵੇ ਮੈਂ ਕਵਲਜੀਤ ਸਿੰਘ ਸਿਮਰਨਜੀਤ ਕੌਰ ਦਾ ਮੈਂ ਚਾਚਾ ਜੀ ਹਾਂ ਅਤੇ ਅੱਜ ਸਾਨੂੰ ਸਾਡੇ ਪਰਿਵਾਰ ਨੂੰ ਇੰਨੀ ਖੁਸ਼ੀ ਆ ਵੀ ਸਾਡੇ ਪਰਿਵਾਰ ਦੇ ਵਿੱਚੋਂ ਜਿਹੜੀ ਨੈਕਸਟ ਪੀੜ੍ਹੀ ਆ ਉਹ 'ਚ ਪਹਿਲੀ ਸ਼ਾਦੀ ਆ ਸਾਡੇ ਪਰਿਵਾਰ 'ਚੋਂ ਅਤੇ ਸਾਡੇ ਪਰਿਵਾਰ ਨੂੰ ਇੰਨੀ ਖੁਸ਼ੀ ਆ ਵੀ ਢੋਲ ਢਮੱਕਾ 5 ਦਿਨ ਹੋ ਗਏ ਸਾਡੇ ਘਰ 'ਚ ਚੱਲਦਾ ਪਿਆ ਵਾ ਅਤੇ ਸਾਰੇ ਜਿਹੜੇ ਸਾਕ ਸੰਬੰਧੀ ਆ ਪੂਰਾ ਮਜ਼ਾ ਲੈ ਰਹੇ ਨੇ ਸਾਡੇ ਘਰ ਦੇ ਵਿੱਚ ਫੰਕਸ਼ਨ ਦੇ ਵਿੱਚ ਮੇਰੇ ਯਾਰ ਦੋਸਤ ਉਹਨਾਂ ਮੇਰੀਆਂ ਭਰਜਾਈਆਂ ਸਭ ਫੰਕਸ਼ਨ ਦੇ ਵਿੱਚ ਬਹੁਤ ਨਜ਼ਾਰਾ ਆਪਣੇ ਸਾਰੇ ਰਿਸ਼ਤੇਦਾਰ ਜਿਹੜੇ ਬਾਹਰੋਂ ਆਏ ਨੇ ਉਹਨਾਂ ਦਾ ਅਸੀਂ ਸਾਰੇ ਰਿਸ਼ਤੇਦਾਰਾਂ ਦਾ ਆਪਣੇ ਪਰਿਵਾਰ ਕੰਬੋਜ ਪਰਿਵਾਰ ਵੱਲੋਂ ਉਹਨਾਂ ਸਾਰੇ ਰਿਸ਼ਤੇਦਾਰਾਂ ਦਾ ਧੰਨਵਾਦ ਕਰਦੇ ਹਾਂ ਵੀ ਆਪਣਾ ਕੀਮਤੀ ਟਾਈਮ ਕੱਢ ਕੇ ਜਿਹੜਾ ਸਾਡੇ ਫੰਕਸ਼ਨ ਦੇ ਵਿੱਚ ਆਏ ਨੇ ਮੈਂ ਉਹਨਾਂ ਦਾ ਬਹੁਤ ਦਿਲੋਂ ਧੰਨਵਾਦੀ ਹਾਂ ਸਤਿ ਸ਼੍ਰੀ ਅਕਾਲ ਜੀ ਮੈਂ ਕਰਨ ਘੁਮਾਨ ਤੋਂ ਆਇਆ ਮੈਰਿਜ ਅਟੈਂਡ ਕਰਨ ਇਹ ਮੇਰਾ ਭਾਂਜਾ ਦਿੱਲੀ ਤੋਂ ਔਰ ਮੇਰੀ ਭਤੀਜੀ ਦੀ ਮੈਰਿਜ ਆ ਬਹੁਤ ਵਧੀਆ ਅਰੇਂਜਮੈਂਟ ਆ ਬਹੁਤ ਵਧੀਆ ਸਾਰਾ ਅਰੇਂਜ ਹੋਇਆ
ਔਰ ਮੇਰੀ ਬਲੈਸਿੰਗਸ ਆ ਜੋੜੀ ਨੂੰ, ਕਮਲ ਨੂੰ ਅਤੇ ਸਿਮਰਨ ਨੂੰ, ਸੰਨੀਆ ਨੂੰ, ਨਿਕ ਨੇਮ ਸੰਨੀਆ ਉਹਦਾ, ਔਰ ਬਲੈਸਿੰਗਸ ਆ ਆਪਣੀ ਲਾਈਫ ਵਧੀਆ ਵਧੀਆ ਉਹ ਆਪਣੀ ਇੰਜੋਏ ਕਰਨ, ਵਾਹਿਗੁਰੂ ਉਹਨਾਂ ਨੂੰ ਸਾਰੀਆਂ ਖੁਸ਼ੀਆਂ ਦੇਵੇ। ਅਤੇ ਸਿਰਫ ਅੱਜ ਦੇ ਪ੍ਰੋਗਰਾਮ 'ਚ ਇਹ ਮੈਨੂੰ ਕਮੀ ਥੋੜ੍ਹੀ ਲੱਗਦੀ ਪਈ ਆ, ਕਮੀ ਨਹੀਂ ਕਹਿ ਸਕਦਾ, ਸਾਡੇ ਦਾਦੀ ਵੀ ਜੀ ਥੋੜ੍ਹੀ ਦੇਰ ਪਹਿਲਾਂ ਐਕਸਪਾਇਰ ਹੋ ਗਏ ਸੀ, ਸਿਰਫ ਉਹਨਾਂ ਦੀ ਕਮੀ ਮਹਿਸੂਸ ਅੱਜ ਕਰਦੇ ਪਏ ਸੀ, ਉਹ ਹੁੰਦੇ ਤਾਂ ਬੜੀਆਂ ਬਹੁਤ ਸਾਨੂੰ ਖੁਸ਼ੀ ਹੋਣੀ ਸੀ। ਔਰ ਚਲੋ ਜਿੱਥੇ ਵੀ ਸਾਨੂੰ ਦੇਖਦੇ ਹੋਣਗੇ ਉਹਨਾਂ ਦੀਆਂ ਬਲੈਸਿੰਗਸ ਸਾਡੇ ਤੱਕ ਪਹੁੰਚਦੀਆਂ ਪਈਆਂ, ਉਹਨਾਂ ਦਾ ਆਸ਼ੀਰਵਾਦ ਸਾਡੇ ਸਿਰ 'ਤੇ ਆ, ਅਤੇ ਬਹੁਤ ਵਧੀਆ ਅਰੇਂਜ ਚੱਲਦਾ ਪਿਆ, ਔਰ ਥੈਂਕ ਯੂ। ਬਸ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਜੀ, ਮੈਂ ਮਨਮੀਤ ਸਿੰਘ ਦਿੱਲੀ ਤੋਂ। ਅੱਜ ਮੇਰੀ ਭੈਣ ਦੀ ਮੈਰਿਜ ਆ ਸਿਮਰਨ ਦੀ। ਮੈਂ ਕਾਫੀ ਟਾਈਮ ਤੋਂ ਚਿਰ ਦਾ ਇੰਤਜ਼ਾਰ ਕਰ ਰਿਹਾ ਸੀ ਕਿ ਆਪਾਂ ਵੀ ਥੋੜ੍ਹਾ ਇੰਜੋਏ ਕਰੀਏ, ਸਾਡੇ ਘਰ ਵੀ ਖੁਸ਼ੀ ਆਉਣ, ਬਿਕੋਜ਼ ਸਾਡੇ ਘਰ ਬਹੁਤ ਦੁੱਖ ਆਏ, ਦਾਦੀ ਵੀ ਸਾਡੇ ਐਕਸਪਾਇਰ ਹੋ ਗਏ, ਮੇਰੇ ਫਾਦਰ ਐਕਸਪਾਇਰ ਹੋ ਗਏ, ਉਹਨਾਂ ਦੀ ਕਾਫੀ ਕਮੀ ਮਹਿਸੂਸ ਹੁੰਦੀ ਹੈ। ਬਟ ਯੈਸ, ਮੈਂ ਬਹੁਤ ਖੁਸ਼ ਹਾਂ, ਮੇਰੀ ਭੈਣ ਨੂੰ ਇੱਕ ਵਧੀਆ ਲਾਈਫ ਪਾਰਟਨਰ ਮਿਲਿਆ ਕਮਲ, ਅਤੇ ਉਹਨੂੰ ਬਹੁਤ ਅੱਗੇ ਖੁਸ਼ ਰੱਖੇ, ਚੜ੍ਹਦੀ ਕਲਾਂ 'ਚ ਰੱਖੇ ਰੱਬ ਉਹਨਾਂ ਦੋਵਾਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ, ਆਈ ਐਮ ਸਿਮਰਨ, ਆਈ ਐਮ ਵੈਰੀ ਹੈਪੀ, ਅੱਜ ਮੇਰੀ ਮੈਰਿਜ ਹੈ, ਬਟ ਥੋੜ੍ਹਾ ਥੋੜ੍ਹਾ ਨਰਵਸ, ਸੈਡ, ਅੱਜ ਮੈਂ ਆਪਣੇ ਪੇਰੈਂਟਸ ਨੂੰ ਛੱਡ ਕੇ ਜਾ ਰਹੀ ਹਾਂ, ਔਰ ਮੈਂ ਉਮੀਦ ਕਰਦੀ ਹਾਂ ਵੀ ਮੈਂ ਜਿੱਥੇ ਵੀ ਜਾ ਰਹੀ ਹਾਂ ਮੈਂ ਇਸ ਤਰ੍ਹਾਂ ਹੀ ਖੁਸ਼ ਰਹਾਂਗੀ, ਜਿਸ ਤਰ੍ਹਾਂ ਮੇਰੇ ਮੰਮੀ ਪਾਪਾ ਮੈਨੂੰ ਪਿਆਰ ਕਰਦੇ ਨੇ, ਉਹ ਵੀ ਮੈਨੂੰ ਇਸ ਤਰ੍ਹਾਂ ਹੀ ਪਿਆਰ ਕਰਨਗੇ। ਆਈ ਐਮ ਸੋ ਲੱਕੀ, ਮੈਨੂੰ ਕਮਲ ਮਿਲੇ, ਨਾਈਸ ਪਰਸਨ, ਕੇਅਰਿੰਗ, ਸਭ ਕੁਛ ਬਹੁਤ ਅੱਛਾ ਹੈ। ਮਦਰ ਇਨ ਲੋ ਵੀ ਬਹੁਤ ਪਿਆਰ ਕਰਦੇ ਨੇ, ਬਹੁਤ ਨਾਈਸ ਹੈ ਨੇਚਰਸ, ਫਾਦਰ ਇਨ ਲੋ, ਬ੍ਰਦਰ ਇਨ ਲੋਸ। ਆਸਰਿਆਂ ਦੀ ਆਸ, ਨਾ ਗੱਤਿਆਂ ਦੀ ਗੱਤ, ਨਾ ਪੱਤਿਆਂ ਦੀ ਪੱਤ। ਆਪ ਜੀ ਨੇ ਮਹਾਨ ਬਖਸ਼ਿਸ਼ ਰਹਿਮਤ ਕੀਤੀ ਹੈ ਸੱਚੇ ਪਾਤਸ਼ਾਹ, ਦੋ ਪਰਿਵਾਰਾਂ ਦੇ ਸੰਯੋਗ ਸੱਚੇ ਪਾਤਸ਼ਾਹ ਆਪ ਜੀ ਨੇ ਬਣਾਏ ਹਨ। ਜੋ ਆਪ ਜੀ ਦੇ ਦਰ 'ਤੇ ਆਵੇ ਸੋ ਰਾਜੀ ਜਾਵੇ, ਸੁੱਖ ਹੋਵੇ, ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਣੇ ਬ੍ਰਦਰ ਸਿਸਟਰਸ ਨੂੰ ਬਹੁਤ ਮਿਸ ਕਰੂੰਗੀ, ਮੈਂ ਬਹੁਤ ਇੰਜੋਏ ਕੀਤਾ, ਇਸ ਫੈਮਲੀ ਵਰਗਾ ਮਾਹੌਲ ਮੈਨੂੰ ਕਿਤੇ ਵੀ ਨਹੀਂ ਮਿਲ ਸਕਦਾ। ਖੁਸ਼ ਵੀ ਹਾਂ ਕਿ ਅੱਜ ਮੇਰੀ ਮੈਰਿਜ ਹੈ, ਬਟ ਸੈਡ ਇਸ ਕਰਕੇ ਆ ਵੀ ਅੱਜ ਮੈਂ ਆਪਣੇ ਮੰਮੀ ਪਾਪਾ ਨੂੰ, ਸਭ ਨੂੰ ਛੱਡ ਕੇ ਜਾ ਰਹੀ ਹਾਂ, ਸਪੈਸ਼ਲ ਦਾਦੀ ਅੰਮਾ, ਦਾਦੂ ਪਾਪਾ, ਫਰੈਂਡਸ ਨੂੰ ਛੱਡ ਕੇ ਜਾ ਰਹੀ ਹਾਂ। ਅਮਨ ਬਹੁਤ ਮਿਸ ਕਰੂੰਗੀ ਮੈਂ। ਹੈਲੋ, ਸਤਿ ਸ਼੍ਰੀ ਅਕਾਲ ਜੀ, ਮੈਂ ਅਮਨਪ੍ਰੀਤ ਸਿੰਘ, ਸਿਮਰਨ ਦਾ ਬ੍ਰਦਰ। ਸੋ ਅੱਜ ਮੇਰੀ ਸਿਸਟਰ ਦੀ ਮੈਰਿਜ ਹੈ, ਸੋ ਮੈਂ ਆਪਣੀ ਸਿਸਟਰ ਨੂੰ ਬਹੁਤ ਬਹੁਤ ਮੁਬਾਰਕ ਦਿੰਦਾ ਹੈ, ਅਤੇ ਰੱਬ ਅੱਗੇ ਅਰਦਾਸ ਕਰਦਾ ਹੈ ਕਿ ਉਹ ਸਦਾ ਚੜ੍ਹਦੀ ਕਲਾ ਵਿੱਚ ਰਹੇ। ਸੋ ਮੈਨੂੰ ਬਹੁਤ ਖੁਸ਼ੀ ਹੈ, ਅਤੇ ਅੱਜ ਤੋਂ ਬਾਅਦ ਮੈਂ ਉਹਨੂੰ ਬਹੁਤ ਮਿਸ ਕਰੂੰਗਾ, ਅਤੇ ਮੈਂ ਇਹੀ ਅਰਦਾਸ ਕਰਦਾ ਹੈ ਕਿ ਉਹ ਆਪਣੇ ਸੱਸ ਅਤੇ ਸਹੁਰੇ ਦਾ ਬਹੁਤ ਖਿਆਲ ਰੱਖੇ ਅਤੇ ਸਦਾ ਚੜ੍ਹਦੀ ਕਲਾ ਵਿੱਚ ਰਹੇ। ਬਸ ਮੈਂ ਇੰਨਾ ਹੀ ਕਹਿੰਦਾ ਹੋਇਆ ਧੰਨਵਾਦ ਕਰਦਾ, ਥੈਂਕ ਯੂ।
ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਕਮਲਪ੍ਰੀਤ ਸਿੰਘ ਅਤੇ ਮੈਂ ਅੱਜ ਬਹੁਤ ਹੀ ਖੁਸ਼ ਹਾਂ ਕਿ ਮੇਰਾ ਵਿਆਹ ਸਿਮਰਨ ਨਾਲ ਹੋ ਗਿਆ ਅਤੇ ਫਾਈਨਲੀ 7-8 ਸਾਲਾਂ ਦੀ ਵੇਟ ਅੱਜ ਮੇਰੀ ਪੂਰੀ ਹੋ ਗਈ ਅਤੇ ਮੈਂ ਉਮੀਦ ਨਹੀਂ ਕਰਦਾ ਕਿਉਂਕਿ ਮੈਨੂੰ ਪਤਾ ਹੈ ਕਿ ਇਹ ਮੇਰੇ ਨਾਲ ਖੁਸ਼ ਰਹਿਣਗੇ ਅਤੇ ਮੇਰੇ ਪਰਿਵਾਰ ਨੂੰ ਵੀ ਖੁਸ਼ ਰੱਖਣਗੇ ਅਤੇ ਵਧੀਆ ਜੀਵਨ ਮੇਰੇ ਨਾਲ ਬਤੀਤ ਕਰਨਗੇ। ਸਾਡੇ ਵਿਆਹ ਨੂੰ ਸਾਰੇ ਹੀ ਖੁਸ਼ ਨੇ ਅਤੇ ਮੇਰੇ ਵੱਡੇ ਵੀਰ ਤਾਂ ਕੁਝ ਜ਼ਿਆਦਾ ਹੀ ਖੁਸ਼ ਨੇ ਕਿਉਂਕਿ ਸਾਰੀ ਅਰੇਂਜਮੈਂਟ ਤਾਂ ਉਹਨਾਂ ਨੇ ਕੀਤੀ ਆ, ਮੈਂ ਤਾਂ ਬਸ ਆ ਕੇ ਵਿਆਹ ਹੀ ਕਰਾਇਆ ਬਾਹਰੋਂ। ਅਤੇ ਮੈਂ ਬਸ ਇਹੀ ਕਹਿਣਾ ਚਾਹੁੰਦਾ ਅਤੇ ਥੈਂਕਸ ਤੁਹਾਡਾ ਬਹੁਤ ਬਹੁਤ ਮੇਰੇ ਵਿਆਹ 'ਤੇ ਅਟੈਂਡ ਕਰਨ ਲਈ, ਆਪਦਾ ਬਹੁਤ ਬਹੁਤ ਧੰਨਵਾਦ। ਜਸਪ੍ਰੀਤ ਸਿੰਘ ਮੇਰਾ ਨਾਮ ਹੈ, ਬ੍ਰਦਰ ਦੀ ਸ਼ਾਦੀ ਹੈ ਮੇਰੇ ਕਮਲਪ੍ਰੀਤ ਦੀ, ਸ਼ਾਦੀ ਬਹੁਤ ਵਧੀਆ ਹੋਈ ਹੈ, ਬਹੁਤ ਖੁਸ਼ ਹਾਂ ਮੈਂ, ਭੈਣਾਂ ਵਰਗੀ ਹੈ ਮੇਰੀ ਸਾਡੀ ਭਾਬੀ, ਅਤੇ ਮੈਂ ਐਕਸਪੈਕਟ ਕਰਦਾ ਹਾਂ ਕਿ ਸਾਡੀ ਫੈਮਿਲੀ ਨੂੰ ਇਹ ਸੰਭਾਲਣਗੇ ਅਤੇ ਜਿਸ ਤਰ੍ਹਾਂ ਵੀ ਇਹ ਸਾਡੇ ਨਾਲ ਗੱਲ ਕਰਦੇ ਸੀਗੇ ਜਾਂ ਜਿੰਨਾ ਵੀ ਇਹਨਾਂ ਦੀ ਫੈਮਿਲੀ ਨੇ ਸਾਨੂੰ ਪਿਆਰ ਦਿੱਤਾ ਹੈ, ਅੱਖਾਂ 'ਚੋਂ ਹੰਝੂ ਨਿਕਲਣ ਵਾਲੀ ਗੱਲ ਹੈ, ਬਹੁਤ ਸੱਚਾ ਪਿਆਰ ਹੈ ਇਹਨਾਂ ਦਾ ਅਤੇ ਅਸੀਂ ਐਕਸਪੈਕਟ ਕਰਦੇ ਹਾਂ ਕਿ ਸਾਰੀ ਜ਼ਿੰਦਗੀ ਸਾਨੂੰ ਇਹੀ ਪਿਆਰ ਇਹਨਾਂ ਨੂੰ ਮਿਲਦਾ ਰਹੇਗਾ ਅਤੇ ਸਾਨੂੰ ਭੈਣ ਮਿਲੇ ਭਾਬੀ ਦੀ ਬਜਾਏ ਸਾਨੂੰ ਭੈਣ ਦਾ ਪਿਆਰ ਦੇਣ। ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ। ਸਤਿ ਸ਼੍ਰੀ ਅਕਾਲ, ਮੈਂ ਅਮਨ, ਸਿਮਰਨ ਦੀ ਫਰੈਂਡ। ਸਿਮਰਨ ਇਹ ਸ਼ਰਾਰਤੀ ਵੀ ਹੈਗੀ ਹੈ ਅਤੇ ਗੁੱਸੇ ਵਾਲੀ ਵੀ ਬਹੁਤ ਹੈਗੀ ਹੈ, ਕਿਹੜਾ ਨੇਚਰ ਚੰਗਾ ਹੈਗਾ, ਗੁੱਡ ਹੈਗੀ ਹੈ, ਬਸ ਬਹੁਤ ਵਧੀਆ ਫਰੈਂਡ ਹੈ ਮੇਰੀ। ਹਾਂ ਥੋੜ੍ਹਾ ਹੈਗਾ ਕਿ ਥੋੜ੍ਹਾ ਛੱਡ ਕੇ ਜਾ ਰਹੀ ਹੈ, ਪਰ ਕੋਈ ਗੱਲ ਨਹੀਂ, ਮਿਲ ਲਿਆ ਕਰਾਂਗੇ ਇਹਨਾਂ ਨੂੰ। ਮੇਰੀ ਸਖੀਆਂ ਦੇ ਨਾਲ ਸਾਂਝ ਮੁੱਕੀ, ਮੇਰਾ ਪਿੰਡ ਹੋਇਆ ਪਰਜਾਈਆਂ ਦਾ, ਮੇਰੀ ਸੁੱਖ ਸਾਂਦ ਦਾ ਪਤਾ ਲੈਣਾ, ਵੇ ਤੁਹਾਡਾ ਪੁੰਨ ਹੋਊਗਾ ਪਾਈਆਂ ਦਾ, ਇੱਕ ਪਲ ਨਾ ਅੱਖੀਓ ਦੂਰ ਕਰਦੀ, ਇੱਕ ਪਲ ਨਾ ਅੱਖੀਓ ਦੂਰ ਕਰਦੀ, ਤੇ ਅੱਜ ਤੋਰੇ ਕੱਲੀ ਨੀ ਮਾਏ, ਇੱਕ ਕਰ ਤੇਰਾ ਜੋੜਾ ਤੇ ਇੱਕ ਜੋੜਨ ਚੱਲੀ, ਨੀ ਮਾਏ ਇੱਕ ਕਰ ਤੇਰਾ ਜੋੜਾ ਤੇ ਇੱਕ ਜੋੜਨ ਚੱਲੀ, ਨੀ ਮਾਏ ਇੱਕ ਕਰ ਤੇਰਾ ਜੋੜਾ ਤੇ ਇੱਕ ਜੋੜਨ ਚੱਲੀ। ਕਰ ਤੇਰਾ